हेलो स्टूडेंट्स वेलकम हियर अगेन ऑन माय चैनल जानकारी विद मायसेल्फ विद अभिलाषी शर्मा इक वारी फेर तोरे नाल मैं F4 जड़ी वीडियो लेके आया हूं वो है सेकंड पार्ट एलिमेंट्स ऑफ कंप्यूटर सिस्टम दा F3 वीडियो जड़ी फंडामेंटल ऑफ ई बिजनेस है मींस फंडामेंटल ऑफ ई बिजनेस एंड रिलेटेड वीडियोस ने इस चैनल दे उते ਉਹਦੇ ਵਿੱਚ ਮੈਂ ਗੱਲ ਕੀਤੀ ਸੀ 3rd ਵੀਡੀਓ ਦੇ ਵਿੱਚ 엘িমੈਂਟਸ ਆਫ ਕੰਪਿਊਟਰ ਸਿਸਟਮ ਦੇ ਅੰਦਰ ਗਾ ਮੀਨਿੰਗ ਆਫ ਕੰਪਿਊਟਰ ਐਡਵਾਂਟੇਜ ਲਿਮਿਟੇਸ਼ਨਸ ਐਂਡ ਡੀਟੇਲ ਦੇ ਵਿੱਚ ਗੱਲ ਕੀਤੀ ਸੀ ਹਿਸਟਰੀ ਔਰ ਵੀ ਕੈਨ ਸੇ ਦ ਜਨਰੇਸ਼ਨਸ ਆਫ ਕੰਪਿਊਟਰਸ ਇਸ ਦੇ ਬਾਰੇ ਗੱਲ ਹੋਈ ਸੀ ਤੇ ਅੱਜ ਅਸੀਂ ਗੱਲ ਕਰਾਂਗੇ ਕਨਸੀਕੁਐਂਟਸ ਆਫ ਕੰਪਿਊਟਰ ਸਿਸਟਮ ਕੰਪਿਊਟਰ ਪ੍ਰਣਾਲੀ ਦੇ ਤੱਤ ਕਿਹੜੇ-ਕਿਹੜੇ ਨੇ ਐਂਡ ਟਾਈਪਸ ਆਫ ਕੰਪਿਊਟਰ ਦੇ ਬਾਰੇ ਡੀਟੇਲਸ ਗੱਲ ਕਰਾਂਗੇ ਕਿਸ ਤਰ੍ਹਾਂ ਟਾਈਪਸ ਆਫ ਕੰਪਿਊਟਰ ਅਸੀਂ ਦੋ ਡਿਫਰੈਂਟ ਬੇਸਿਸ ਦੇ ਉੱਤੇ ਕਲੀਅਰ ਕਰੀਆਂ ਟਾਈਪਸ ਨੇ ਲੈ

ਨੈਕਸਟ ਵਨ ਫਸਟ ਆਫ ਆਲ ਦਾ ਫਸਟ ਪਾਰਟ ਆਫ ਟੂਡੇਜ਼ ਕੰਟੈਂਟ ਇਜ਼ ਦਾ ਕੰਸਟਿਟੂਐਂਟਸ অর ਕੰਪੋਨੈਂਟਸ ਆਫ ਕੰਪਿਊਟਰ ਕੰਪਿਊਟਰ ਦੇ ਪਾਰਕ ਕਿਹੜੇ-ਕਿਹੜੇ ਨੇ ਕੰਪਿਊਟਰ ਦੇ ਤੱਤ ਕਿਹੜੇ-ਕਿਹੜੇ ਨੇ ਕੰਪਿਊਟਰ ਦਾ ਮਤਲਬ ਕੰਪਿਊਟਰ ਸਿਸਟਮ ਹੈ ਜਿਸ ਦੀ ਗੱਲ ਮੈਂ ਸ਼ੁਰੂ ਚ ਕੀਤੀ ਹੈ ਦਾ ਹਾਰਡ ਸਾਨੂੰ ਸਾਰਿਆਂ ਨੂੰ ਪਤਾ ਹੈ ਕੰਪਿਊਟਰ ਇਸ ਦਾ ਕੰਬੀਨੇਸ਼ਨ ਆਫ ਬਹੁਤ ਹਾਰਡਵੇਅਰ ਐਂਡ ਸੌਫਟਵੇਅਰ ਹਾਰਡਵੇਅਰ ਤੇ ਸੌਫਟਵੇਅਰ ਦਾ ਹੈ ਇੱਕ ਕਿਹੜਾ ਕੰਪਲੀਟ ਕੰਪਿਊਟਰ ਸਿਸਟਮ ਹੈ ਉਹਦੇ ਵਿੱਚ ਸਿਰਫ ਹਾਰਡਵੇਅਰ ਤੇ ਸੌਫਟਵੇਅਰ ਨਹੀਂ ਹੁੰਦੇ ਚਾਰ ਪਾਰਟਸ ਨੇ there are four constituents or components of complete computer system we should know that ode vichon charo part jide ne kide kide ne first one is the hardware yes first one is hardware second one is software third one is data and fourth one is user let's discuss one by one sab to pehla main gal kar rahe hain computer de jo vakh vakh pa nal hi ne ode vich hardware de asi gal bare gal ਹਾਰਡਵੇਅਰ ਕੀ ਆਲ ਮੈਕੈਨੀਕਲ ਪਾਰਟਸ ਆਫ ਕੰਪਿਊਟਰ ਆਰ ਕਾਲਡ ਹਾਰਡਵੇਅਰ ਵੈਰੀ ਸਿੰਪਲ ਡੈਫੀਨੇਸ਼ਨ ਇਸ ਲੈਵਲ ਦੇ ਉੱਤੇ ਆ ਕੇ ਸਾਰੇ ਸਟੂਡੈਂਟਸ ਜਾਣਦੇ ਨੇ ਯੂ ਕੈਨ ਟੱਚ ਐਂਡ ਸੀ ਵਾਟ ਏਵਰ ਹਾਰਡਵੇਅਰ ਕੰਪਿਊਟਰ ਹੈਵ ਇਹ ਸਾਰੇ ਦੇਖ ਰਹੇ ਹੋ ਤੁਸੀਂ ਇਹ ਸਾਰੇ ਹਾਰਡਵੇਅਰ ਹੀ ਨੇ ਜੋ ਸਾਨੂੰ ਦਿਖ ਰਹੇ ਨੇ ਜਿਨ੍ਹਾਂ ਦਾ ਰੰਗ ਰੂਪ ਆਕਾਰ ਹੁੰਦਾ ਜਿਨ੍ਹਾਂ ਨੂੰ ਛੂਹ ਸਕਦੇ ਆਂ ਦੇਖ ਸਕਦੇ ਆਂ ਜਿਨ੍ਹਾਂ ਦਾ ਫਿਜ਼ੀਕਲ ਫਾਰਮੇਸ਼ਨ ਹੈ ਆਲ ਦਾ ਮੈਕੈਨੀਕਲ ਪਾਰਟਸ ਆਫ ਕੰਪਿਊਟਰ ਆਰ ਕਾਲਡ ਹਾਰਡਵੇਅਰ ਜੋ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਦੇਖੋ ਧਿਆਨ ਦੇ ਨਾਲ ਬਹੁਤ ਸਾਰੇ ਹਾਰਡਵੇਅਰਸ ਨੇ ਪ੍ਰਿੰਟਰ ਇਜ਼ देयर ਕੀਬੋਰਡ ਇਜ਼ देयर ਐਂਡ ਐਲਈਡੀ ਸਕਰੀਨ ਇਜ਼ देयर ਲੈਪਟਾਪ ਇਜ਼ देयर 올 ਦੀਜ਼ ਆਰ ਦਾ ਹਾਰਡਵੇਅਰ ਸੈਕੰਡ ਪਾਰਟ ਅੰਡਰ ਕੰਸਟੈਂਸ ਇਸ ਦਾ ਸੌਫਟਵੇਅਰ ਸੌਫਟਵੇਅਰ ਇਜ਼ ਅ ਸੈਟ ਆਫ ਇਨਸਟਰਕਸ਼ਨਸ অর ਪ੍ਰੋਗਰਾਮਸ ਸੌਫਟਵੇਅਰ ਇੱਕ ਨਿਰਦੇਸ਼ ਕਿਸੇ ਨੂੰ ਹਦਾਇਤਾਂ ਦੇ ਦੇਣ ਦਾ ਇੱਕ ਕੰਬੀਨੇਸ਼ਨ ਹੈ ਹਾਊ ਹਾਰਡਵੇਅਰ ਸ਼ੁੱਡ ਵਰਕ ਕਿਸ ਤਰ੍ਹਾਂ ਕੰਮ ਕਰਨਾ ਹੈ ਕਿਸ ਤਰ੍ਹਾਂ ਯੂਜ਼ਰ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਸੈਟ ਆਫ ਇਨਸਟਰਕਸ਼ਨ ਇਜ਼ ਕਾਲਡ ਐਜ਼ ਹਾਰਡਵੇਅਰ ਵੀ ਕੈਨ ਸੇ ਸੌਫਟਵੇਅਰ ਇਜ਼ ਅ ਪ੍ਰੋਗਰਾਮ ਇੱਕ ਪ੍ਰੋਗਰਾਮ ਹੈ ਜੋ ਕੰਪਿਊਟਰ ਨੂੰ ਕੰਪਿਊਟਰ ਸਿਸਟਮ ਨੂੰ ਚਲਾਉਣ ਦੇ ਵਿੱਚ ਹੈਲਪਫੁਲ ਹੁੰਦਾ ਹੈ ਸੌਫਟਵੇਅਰ ਤੁਹਾਡੇ ਸਾਹਮਣੇ ਸੌਫਟਵੇਅਰ ਕੀ ਨੇ ਜਿਵੇਂ ਅਸੀਂ ਬਹੁਤ ਸਾਰੀਆਂ ਆਪਣੇ ਕੰਪਿਊਟਰ ਤੇ ਲੇਦੇ ਹਾਂ ਵਿੰਡੋ ਯੂਜ਼ ਕਰ ਰਹੇ ਹਾਂ ਜਾਂ ਫੋਰ ਐਗਜ਼ਾਮਪਲ ਮਾਈਕਰੋਸਾਫਟ ਦੇ ਵਿੱਚ ਪੀਪੀਟੀ ਤਿਆਰ ਕਰਦੇ ਹਾਂ ਅਸੀਂ ਇਸ ਤੋਂ ਇਲਾਵਾ ਏ ਪੀ ਡੀ ਐਫ ਫਾਈਲ ਕਰ ਕਰਨੀਆਂ ਨੇ ਬਹੁਤ ਸਾਰੇ ਸੌਫਟਵੇਅਰ ਨੇ ਇਹ ਸਾਰੇ ਦੇ ਸਾਰੇ ਸੌਫਟਵੇਅਰ ਕੰਪਿਊਟਰ ਨੂੰ ਪ੍ਰੋਪਰ ਚਲਾਉਣ ਦੇ ਵਿੱਚ ਹੈਲਪਫੁਲ ਹੁੰਦੇ ਨੇ ਵਿਦਆਊਟ ਸੌਫਟਵੇਅਰ ਹਾਰਡਵੇਅਰ ਇਜ਼ ਨਥਿੰਗ ਐਂਡ ਵਿਦਆਊਟ ਹਾਰਡਵੇਅਰ ਸੌਫਟਵੇਅਰ ਕਾਉਂਟ ਐਗਜ਼ਿਸਟ ਇਹ ਧਿਆਨ ਰੱਖਿਓ ਸੌਫਟਵੇਅਰ ਤੇ ਹਾਰਡਵੇਅਰ ਦੋਨੋਂ ਇੱਕ ਕੰਬਾਈਨਡ ਫਾਰਮੇਸ਼ਨ ਦੇ ਵਿੱਚ ਕੰਮ ਕਰਦੇ ਨੇ ਓਨਲੀ THEN ਕੰਪਿਊਟਰ ਸਿਸਟਮ ਵਰਕਸ ਐਂਡ ਥਰਡ ਵਨ ਇਜ਼ ਅ ਡਾਟਾ साढ़े कोार्डवेयर भी है सॉफ्टवेयर भी है बट विदाआउट डेटा डेटा की चीज़ है कंप्यूटर डाटा इज द इंफॉर्मे प्रोसैसड और स्टोरड बाय द कंप्यूटर किसी भी कंप्यूटर के द्वारा जो इंफॉर्मेन प्रोसैस की जाती है जिस इंफॉर्मेन स्टोर किया जाता है जिंद प्रोसैसिंग करके उस इंफॉर्मेन यूज किया जाए इन्फॉर्मेस किस रूप से हो सकती है इन द फॉर्म ऑफ टैक्स डॉक्यूमेंट्स इमेजिस् ऑडियो क्लिप्स वीडियो क्लिप्स सॉफ्टवेयर प्रोग्राम और एनी अदर टाइप ऑफ डेटा इस सारा का सारा डेटा है जो थर्ड जो कैन सीएं इस नहीं है डेटा नैक्सट वन इज द यूजर यस हार्डवेयर इज देयर सॉफ्टवेयर इज देयर एंड डेटा इज आलसो हेयर बट देर इज नो यूजर दैन हाउ कैन कंप्यूटर सिस्टम ऑपरेट किस तरह वर्क कर सदर ਫੋਰਥ ਕੰਸਟਿਟੂਐਂਟਸ ਆਫ ਕੰਪਿਊਟਰ ਸਿਸਟਮ ਇਜ਼ ਦਾ ਯੂਜ਼ਰ ਯੂਜ਼ਰ ਇਜ਼ ਅ ਪਰਸਨ ਹੂ ਯੂਟਿਲਾਈਜ਼ ਆ ਕੰਪਿਊਟਰ অর ਨੈਟਵਰਕ ਸਰਵਿਸਿਜ਼ ਇਸ ਸਾਰੇ ਤੁਹਾਡੇ ਸਾਹਮਣੇ ਯੂਜ਼ਰ ਹੀ ਨੇ ਤੁਸੀਂ ਵੀ ਇਸ ਤਰ੍ਹਾਂ ਹੀ ਬਿਜ਼ੀ ਹੁੰਦੇ ਹੋ ਇਸੇ ਤਰ੍ਹਾਂ ਇਹ ਚੱਲਦੇ ਹੋਏ ਹਰ ਵੇਲੇ ਇਹ ਯੂਜ਼ਰ ਨੇ ਜੋ ਕੰਪਿਊਟਰ ਦੇ ਵਿੱਚ ਹਾਰਡਵੇਅਰ ਸੌਫਟਵੇਅਰ ਤੇ ਡਾਟਾ ਦੇ ਕੰਬੀਨੇਸ਼ਨਸ ਦੇ ਨਾਲ ਸਾਰੇ ਪ੍ਰੋਸੈਸ ਨੂੰ ਪੂਰਾ ਕਰਦੇ ਨੇ ਜਿਨ੍ਹਾਂ ਦੀ ਕੋਈ ਜ਼ਰੂਰਤਾਂ ਹੁੰਦੀਆਂ ਨੇ ਇਨਪੁਟ ਉਹਦੇ ਵਿੱਚ ਪੁੱਟ ਕਰਦੇ ਨੇ ਕੰਪਿਊਟਰ ਸਿਸਟਮ ਦੇ ਵਿੱਚ ਤੇ ਆਉਟਪੁੱਟ ਰਿਸੀਵ ਕਰਦੇ ਨੇ ਦੇ ਆਰ ਕਾਲਡ ਯੂਜ਼ਰ ਦੇ ਕੈਨ the a user is a person who utilizes a computer or network services these are the four constituents of computer system computer di pranali e charan da ik samuhik roop hai next one types of computer computer diyan kisman ki ne jadon asi computer di types di gall karde ha we can divide the types of computer on two different bases first is on the basis of their working principle unna de kam karan da basic siddhant ki hai jis de base te oh kam karde ne there are three types of computer one is the analog computer second one is the digital computer third one is the hybrid computers analog computer to si dekh reho is tarah da ide bare details gal karde ha e sare digital computer ne jinna nu asi normal apne gharan de vich ajkal dekhan chare passe asi dekh reha ajkal lifeline da part 1 jo ke ne te hybrid computers ek ki ne inna de working principle de adhar te computer di ne tin kisman ne jinna de bare kalle kalle bare gal kariye sab to pehla ਡਿਜੀਟਲ ਕੰਪਿਊਟਰ ਡਿਜੀਟਲ ਕੰਪਿਊਟਰਸ ਕੀ ਹੈ this type of computers works on the principle of counting ਡੀਅਰ ਸਟੂਡੈਂਟਸ ਧਿਆਨ ਨਾਲ ਸੁਣਨਾ ਇਸ ਗੱਲ ਨੂੰ ਪਰਮਨੈਂਟ ਬਿਠਾਓ ਆਪਣੀ ਮੈਮਰੀ ਦੇ ਵਿੱਚ these type of computers I am again repeating works on the principle of counting ਇਹ ਜਿਹੜੇ ਕੰਪਿਊਟਰ ਨੇ ਗਣਨਾ ਦੇ ਸਿਧਾਂਤ ਦੇ ਉੱਤੇ ਕੰਮ ਕਰਦੇ ਨੇ ਸਮਥਿੰਗ ਟੂ ਬੀ ਕਾਊਂਟੇਬਲ ਮੇਨਲੀ ઓਪਰੇਟ ਓਨ ਦਾ ਬੇਸਿਸ ਆਫ ਬਾਈਨਰੀ ਨੰਬਰ ਸਿਸਟਮ ਬਾਈਨਰੀ ਨੰਬਰ ਸਿਸਟਮ ਦੇ ਕੰਮ ਕਰਦੇ ਨੇ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਬਾਈਨਰੀ ਨੰਬਰ ਦੇ ਵਿੱਚ ਸਿਰਫ ਦੋ ਹੀ ਡਿਜੀਟ ਨੇ 1 ਇਸ 0 ਐਂਡ ਸੈਕੰਡ ਵਨ ਇਜ਼ ਦਾ 1 0 ਐਂਡ 1 ਥੀਜ਼ ਆਰ ਦਾ ਬਾਈਨਰੀ ਨੰਬਰਸ ਬਾਈਨਰੀ ਨੰਬਰਸ ਦੇ ਬੇਸਡ এ ਕੰਪਿਊਟਰ ਕੰਮ ਕਰਦੇ ਨੇ ਜਿਹੜੇ ਡਿਜੀਟਲ ਕੰਪਿਊਟਰ ਨੇ ਡਿਜੀਟਲ ਕੰਪਿਊਟਰਸ ਯੂਜ਼ਡ ਮੇਨਲੀ ਇਨ ਬਿਜ਼ਨਸ এডਿਕੇਸ਼ਨ ਸਾਇੰਟਿਫਿਕ ਫॉर ਸਾਇੰਟਿਫਿਕ ਪਰਪਸ ਐਟ ਸੇਟਰਾ ਮੇਨਲੀ ਇਹਨਾਂ ਦਾ ਯੂਜ਼ ਕਿੱਥੇ ਹੁੰਦਾ ਹੈ ਬਿਜ਼ਨਸ ਦੇ ਵਿੱਚ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਕਿਸੇ ਇੰਸਟੀਚਿਊਸ਼ਨ ਜਿੱਥੇ ਅਟੈਂਡੈਂਸ ਲਗਾਨੀ ਹੈ ਸਾਇੰਟੀਫਿਕ ਪਰਪਸ ਤੋਂ ਮੈਥੇਮੈਟੀਕਲ ਪਰਪਸ ਤੋਂ এডੂਕੇਸ਼ਨ ਦੇ ਵਿੱਚ ਇਕੁਏਸ਼ਨ ਸਿਸਟਮ ਦੇ ਲਈ ਜ਼ੀਰੋ ਤੇ 1 ਬੇਸਡ ਜਿਹੜੇ ਸਿਸਟਮ ਨਾਲ ਬਾਈਨਰੀ ਨੰਬਰ ਬੇਸਡ ਕੰਪਿਊਟਰ ਕੰਮ ਕਰਦੇ ਨੇ ਉਹ ਸਾਰੇ ਦੇ ਸਾਰੇ ਡਿਜੀਟਲ ਕੰਪਿਊਟਰਸ ਨੇ ਤੁਹਾਡੇ ਸਾਹਮਣੇ ਜਿਹੜੀ ਇਹ ਪਿਕਚਰ ਹੈ ਇਹ ਡਿਜੀਟਲ ਕੰਪਿਊਟਰਸ ਦੀ ਹੈ ਸਾਡੀ ਆਨਵਲ ਇਸ ਟਾਈਮ ਲਾਈਫ ਦੇ ਵਿੱਚ ਅਸੀਂ ਜ਼ਿਆਦਾਤਰ ਦੇਖ ਰਹੇ ਹਾਂ ਡਿਜੀਟਲ ਕੰਪਿਊਟਰਸ ਐਗਜ਼ਿਸਟੈਂਟ ਸੈਕਿੰਡ Second on the basis of working principle the second type is the analog computers analog computers the name. These computers operates by measuring Then by counting as numerical value That have continuous range as 0, 0 0.1 0 0.3 1, 1 1.5 operates by measuring variables like voltage rotation temperatures ਮਤਲਬ ਕੀ ਇਹਦਾ ਮਤਲਬ ਸਮਝਨੇ ਇਹ ਜਿਹੜੇ ਕੰਪਿਊਟਰ ਨੇ ਜਿਹੜੇ ਅਸੀਂ ਫਰਸਟ ਟਾਈਪ ਦੇ ਡਿਜੀਟਲ ਕੰਪਿਊਟਰਸ ਕੀਤੇ ਸੀ ਜਿਹੜੇ ਗਣਨਾ ਦੇ ਸਿਧਾਂਤ ਦੇ ਆਧਾਰ ਤੇ ਕੰਮ ਕਰਦੇ ਸੀ ਇਹ ਕੰਪਿਊਟਰ ਗਣਨਾ ਦੀ ਜਗ੍ਹਾ ਦੇ ਉੱਤੇ ਇਹਨਾਂ ਦਾ ਜਿਹੜਾ ਵਰਕਿੰਗ ਪ੍ਰਿੰਸੀਪਲ ਹੈ ਉਹ ਮੈਜ਼ਰਮੈਂਟ ਹੈ ਮਾਪਣਾ ਕਿਸੇ ਚੀਜ਼ ਨੂੰ ਵੈਲਿਊ ਨੂੰ ਮਾਪਣਾ ਕਿਸ ਤਰ੍ਹਾਂ ਦੀ ਵੈਲਿਊਜ਼ ਨੂੰ ਆਪਣਾ ਜਸਟ ਲਾਈਕ ਵੇਰੀਏਬਲਸ ਲਾਈਕ ਵੋਲਟੇਜ ਵੋਲਟੇਜ ਕਿੰਨੀ ਹੈ ਵੋਲਟੇਜ ਦੀ ਰੋਟੇਸ਼ਨ ਕਿੰਨੀ ਹੈ ਟੈਂਪਰੇਚਰ ਕਿੰਨਾ ਹੈ ਬਲੱਡ ਪ੍ਰੈਸ਼ਰ ਕਿੰਨਾ ਹੈ ਫਲਾਈਟ ਦੀਆਂ ਮੂਵਮੈਂਟਸ ਨੇ ਜਿਹੜੀਆਂ ਜਿਹੜੀਆਂ ਪਲੇਨ ਉਡਰ ਰਹੇ ਨੇ ਉਹਨਾਂ ਦੀ ਫਲਾਈਟ ਦੀਆਂ ਮੂਵਮੈਂਟਸ ਕਿੰਨੇ ਉਹਨਾਂ ਨੂੰ ਰਿਕਾਰਡ ਕਰਨਾ ਹੈ ਉਹਨਾਂ ਸਾਰਿਆਂ ਵਾਸਤੇ ਜਿਹੜੇ ਕੰਪਿਊਟਰ ਯੂਜ਼ ਕੀਤੇ ਜਾਂਦੇ ਨੇ ਉਹ ਐਨਾਲੌਗ ਕੰਪਿਊਟਰਸ ਨੇ ਐਨਾਲੌਗ ਕੰਪਿਊਟਰ ਜਿਹੜਾ ਬੇਸ ਹੈ ਤੁਸੀਂ ਉਹਨੂੰ ਦੇਖ ਰਹੇ ਹੋ ਆਮ ਤੌਰ ਤੇ ਜ਼ਰੂਰਤ ਦੇ ਅਨੁਸਾਰ ਇਹਨਾਂ ਦਾ ਜਿਹੜਾ ਬੇਸਿਕ ਜਿਹੜਾ ਹਾਰਡਵੇਅਰ ਹੈ ਉਹ ਦੇਖਣ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜੇ ਇਹਦੇ ਵਿੱਚ ਨੰਬਰ ਨੇ ਉਹ ਬਾਈਨਰੀ ਨੰਬਰ ਦੀ ਜਗ੍ਹਾ ਦੇ ਉੱਤੇ ਕੰਟੀਨਿਉਟੀ ਦੇ ਵਿੱਚ ਲਗਾਤਾਰ ਹੋ ਸਕਦੀਆਂ ਨੇ ਇਹਦੇ ਵਿੱਚ ਕੰਟੀਨਿਊਸ ਰੇਂਜ ਨੰਬਰ ਦੀ ਹੁੰਦੀ ਹੈ 0 0.1 0.3 1 1.5 ਇਸ ਤਰ੍ਹਾਂ ਦੇ ਨਾਲ ਸਾਰੇ ਨੰਬਰ ਇਹਦੇ ਵਿੱਚ ਕਾਊਂਟੇਬਲ ਹੁੰਦੇ ਨੇ ਸੋ ਥੀਸ ਆਰ ਦਾ ਐਨਲੌਗ ਕੰਪਿਊਟਰਸ ਬੇਸਿਕਲੀ ਤੁਸੀਂ ਡਿਜੀਟਲ ਤੇ ਐਨਲੌਗਸ ਡਿਫਰੈਂਸ ਦੇਖ ਰਹੇ ਹੋ ਬਾਈਨਰੀ ਨੰਬਰਸ ਆਤੇ ਇਥੇ ਐਜ਼ ਅ ਕਾਊਂਟਿੰਗ ਨੰਮਰੀਕਲ ਵੈਲਿਊਜ਼ ਨੇ ਕੰਟੀਨਿਊਸ ਰੇਂਜ ਦੇ ਵਿੱਚ ਲਗਾਤਾਰ ਕਿਸ ਵਾਸਤੇ ਯੂਜ਼ ਹੁੰਦਾ ਹੈ ਦੋਨਾਂ ਦੇ ਵਿੱਚ ਵੀ ਇਹਨਾਂ ਚ ਡਿਫਰੈਂਸ ਹੈ And third one is the hybrid computers. Hybrid computers It is the combination of both analog and digital computer operations. Hybrid computers are the computers that have features of both analog computers and digital Computer These computers can work on the continuous and discrete data on the basis of continuous continuity which we discrete which discrete data de vich jehde kaam karde ne binary number system de base te oh hunde ne digital computer jehde continuous process de vich kaam karde ne counting de roop de vich koi vi values ho sakdi hai not just 0 and 1 binary number hi nahi hunde kalle oh hunde ne analog computer but hybrid computers are those computer which works on the basis of combination of features of both analog computers and digital computer these computers are mainly used for weather forecasting ਮਿਜ਼ਾਈਲ ਲਾਂਚਿੰਗ ਸੈਂਟਰ ਐਟ ਸੇਟਰਾ ਐਂਡ ਅਸਕਲ ਤੁਹਾਨੂੰ ਮੈਂ ਹੋਰ ਵੀ ਦੱਸਾਂ ਇਸ ਟਾਈਪ ਦੇ ਜਿਹੜੇ ਕੰਪਿਊਟਰ ਨੇ ਮੈਡੀਕਲ ਸਾਇੰਸ ਦੇ ਵਿੱਚ ਰਿਸਰਚ ਦੇ ਵਿੱਚ ਬਹੁਤ ਹੈਲਪਫੁਲ ਹੋ ਰਹੇ ਨੇ ਹਾਈਬ੍ਰਿਡ ਕੰਪਿਊਟਰਸ ਇਹ ਹਾਈਬ੍ਰਿਡ ਕੰਪਿਊਟਰ ਦੀ ਤੁਹਾਡੇ ਸਾਹਮਣੇ ਪਿਕਚਰ ਹੈ ਬਹੁਤ ਮਲਟੀ ਪਰਪਸ ਕੰਪਿਊਟਰ ਨੇ ਸਾਡਾ ਡੀਆਰਡੀਓ ਹੈ ਜਿਵੇਂ ਜਿਹੜਾ ਰਿਸਰਚ ਕਰ ਰਹਾ ਹੈ ਮਿਜ਼ਾਈਲਜ਼ ਦੇ ਉੱਤੇ ਸਾਡੀ ਸੈਟੇਲਾਈਟਸ ਜਾਂਦੇ ਨੇ ਉਹ ਸਾਰੇ ਹਾਈਬ੍ਰਿਡ ਕੰਪਿਊਟਰਾਂ ਵਾਲਾ ਹਟ ਅਸ ਤੋਂ ਨੇ ਉਹਨਾਂ ਦੇ ਉੱਤੇ ਬੇਸਡ ਉਹਨਾਂ ਦਾ ਸਿਸਟਮ ਕੰਮ ਕਰਦੇ ਨੇ next a types of computer on the basis of requirement of user or work performance jehde is to vem pehla types assi ne osi oda working principle basically ki hai ek binary number base si ek si continuous range of numerical values to measure the value ek si combination of both working principle ਤਿੰਨਾਂ ਦੇ ਇਸ ਤਰ੍ਹਾਂ ਸੀ ਹੁਣ ਅਸੀਂ ਗੱਲ ਕਰ ਰਹੇ ਹਾਂ on the basis of requirement of the user or work performance ਇੱਕ ਕੰਪਿਊਟਰ ਕੀ ਕੰਮ ਕਰ ਸਕਦਾ ਜਿਹੜਾ ਉਹਦਾ ਯੂਜ਼ਰ ਹੈ ਉਹਦੀਆਂ ਜ਼ਰੂਰਤਾਂ ਕੀ ਨੇ ਉਹਦੇ ਬੇਸ ਤੇ ਕੰਪਿਊਟਰ ਦੀਆਂ ਸਾਡੇ ਕੋਲ ਬੇਸਿਕਲੀ ਇਹ ਪੰਜ ਹੀ ਟਾਈਪ ਨੇ ਕਾਈਨਿਓਰ ਵੇਅਰੇਬਲ ਕੰਪਿਊਟਰਸ ਨੋਟਬੁੱਕ অর ਪੋਰਟੇਬਲ ਕੰਪਿਊਟਰਸ ਮੇਨਫ੍ਰੇਮ ਕੰਪਿਊਟਰ ਹੈਂਡ ਹੈਲਡ অর ਪੀਡੀਏ ਵਰਕ ਸਟੇਸ਼ਨ ਐਂਡ ਸੁਪਰ ਕੰਪਿਊਟਰ ਸੇ ਤੁਹਾਨੂੰ ਮੈਂ ਦੱਸਦਾ ਇਹ ਦੋਨੋਂ ਸੇਮ ਹੀ ਨੇ ਕਿਉਂਕਿ ਸੁਪਰ ਵਰਕ ਸਟੇਸ਼ਨ ਦਾ ਜੋ ਐਡਵਾਂਸ ਫਾਰਮੇਸ਼ਨ ਹੈ ਥੈਟ ਇਜ਼ ਸੁਪਰ ਕੰਪਿਊਟਰ ਸੇਮ ਹੀ ਆਇਆ ਹੈ ਸਿਰਫ ਇਹਨਾਂ ਦੀ ਕੈਪੈਬਿਲਿਟੀਜ਼ ਲिटल बिट ਡਿਫਰੈਂਸ ਹੈ ਆਹ ਹੁਣ ਇਹਦੇ ਇਕੱਲੇ ਇਕੱਲੇ ਬਾਰੇ ਗੱਲ ਕਰੀਏ ਸਭ ਤੋਂ ਪਹਿਲਾਂ ਵੇਅਰੇਬਲ ਕੰਪਿਊਟਰ ਛੋਟੇ ਕੰਪਿਊਟਰ ਵੇਅਰੇਬਲ ਜਿਨ੍ਹਾਂ ਨੂੰ ਪਹਿਨਿਆ ਜਾ ਸਕਦਾ ਹੈ ਸਮਾਲੈਸਟ ਫਾਰਮ ਆਫ ਕੰਪਿਊਟਰਸ ਥੀਜ਼ ਕੰਪਿਊਟਰ ਆਰ ਦਾ ਸਮਾਲੈਸਟ ਫਾਰਮ ਆਫ ਕੰਪਿਊਟਰ ਛੋਟੇ ਛੋਟੇ ਕੰਪਿਊਟਰ ਨੇ ਸਾਡੀ ਲਾਈਫ ਦਾ ਇੱਕ ਪਾਰਟ ਬਣ ਚੁੱਕੇ ਨੇ they are the wearable they are also known as the wearable computers because we can wear them as, the as you know, no, know, 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 the a wrist watch assi ohna nu ik ghadi di tarah hath te pa sakde ha am taur te eh jo de computer ne sadian specs de parts da hissa ho sakde ne hearing aids de roop ch kaam kar sakde ne ajkal physical fitness health fitness de waste vi eh ji computer am tar tu dekho ge computerized processes te base jade computer ne wrist de utte kadiyan de roop de vich ਬਨੇ ਹੋਏ ਹੁੰਦੇ ਨੇ ਗੁੱਟ ਦੇ ਉੱਤੇ ਇਹ ਕੰਪਿਊਟਰ ਦਾ ਸਭ ਤੋਂ ਛੋਟਾ ਰੂਪ ਹੈ ਕਿਉਂਕਿ ਇਹਨਾਂ ਨੂੰ ਈਜ਼ੀਲੀ ਅਸੀਂ ਵੇਅਰ ਕਰ ਸਕਦੇ ਹਾਂ ਬਾਡੀ ਦੇ ਕਿਸੇ ਪਾਰਟ ਦੇ ਤੇ ਇਸ ਕਰਕੇ ਇਹਨਾਂ ਨੂੰ ਵੇਅਰੇਬਲ ਕੰਪਿਊਟਰ ਵੀ ਕਹਿੰਦੇ ਨੇ ਇਹਨਾਂ ਦੀ ਫੰਕਸ਼ਨਿੰਗ ਕਿਸੇ ਪਾਰਟਿਕੂਲਰ ਪ੍ਰੋਜੈਕਟ ਦੇ ਬੇਸ ਕਿਸੇ ਪਾਰਟਿਕੂਲਰ ਜ਼ਰੂਰਤ ਲਈ ਹੀ ਹੁੰਦੀ ਹੈ ਯੂਜ਼ਰ ਦੇ ਸੋ ਹਰ ਤਰ੍ਹਾਂ ਦੇ ਮਲਟੀਪਲ ਫੰਕਸ਼ਨ ਇਹ ਕੰਪਿਊਟਰ ਇੱਕ ਵੇਅਰੇਬਲ ਕੰਪਿਊਟਰ ਨਹੀਂ ਕਰ ਸਕਦਾ ਇਹ ਧਿਆਨ ਰੱਖਿਓ ਨੈਕਸਟ ਵਨ ਇਜ਼ ਦਾ ਹੈਂਡ ਹੈਲਡ ਕੰਪਿਊਟਰ ਔਰ ਪੀ ਡੀ ਏ ਪੀ ਡੀ ਏ ਦੀ ਫੁੱਲ ਫਾਰਮ ਹੈ ਪਰਸਨਲ ਡਿਜੀਟਲ ਅਸਿਸਟੈਂਸ ਹੈਂਡ ਹੈਲਡ ਕੰਪਿਊਟਰ ਪੀਡੀਆਰ ਹੈਂਡ ਹੈਲਡ ਕੰਪਿਊਟਰ ਆ ਸਮਾਲ ਕੰਪਿਊਟਰਸ ਇਸ ਸਮਾਲ ਨਹੀਂ ਬਟ ਵੈਰੀ ਸਮਾਲ ਨਹੀਂ ਹੈਗੇ ਜਿਵੇਂ ਵੇਅਰੇਬਲ ਕੰਪਿਊਟਰ ਸੀ ਵੈਰੀ ਸਮਾਲ ਹੁਣ ਪੀਡੀਆਰ ਸਮਾਲ ਕੰਪਿਊਟਰ ਦੇਰ ਕੈਨ ਬੀ ਹੈਲਡ ਇਨ ਵਨ ਹੈਂਡ ਅਸੀਂ ਉਹਨਾਂ ਨੂੰ ਇੱਕ ਹੱਥ پکڑ ਸਕਦੇ ਹਾਂ ਅਸੀਂ ਉਹਨੂੰ ਕੈਰੀ ਕਰ ਸਕਦੇ ਹਾਂ ਕੈਨ ਬੀ ਯੂਜ਼ਡ ਐਟ ਹੋਮਸ ਆਫਿਸਿਸ ਡਿਊਰਿੰਗ ਜਰਨੀ ਵਿਦਆਊਟ ਇਲੈਕਟ੍ਰਿਕ ਸਪਲਾਈ ਕਿਉਂਕਿ ਨਾ ਬੈਟਰੀ ਆਲਰੇਡੀ ਇੰਸਟਾਲਡ ਹੁੰਦੀ ਹੈ ਉਹਨੂੰ ਚਾਰਜ ਕਰਦੇ ਆ ਸਾਨੂੰ ਉਸ ਟਾਈਮ ਨੂੰ ਇਲੈਕਟ੍ਰਿਕ ਸਪਲਾਈ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਥੀਸ ਟਾਈਪ ਆਫ ਕੰਪਿਊਟਰਸ ਆਰ ਲਾਈਟ ਵੇਟਡ ਕੈਨ ਬੀ ਕਨੈਕਟਡ ਵਿਦ ਇੰਟਰਨੈਟ ਇੰਟਰਨੈਸ਼ਨਲ ਜੁੜੇ ਹੋ ਸਕਦੇ ਨੇ ਇਫ ਪੀਡੀਜ਼ ਆਕুইਪਡ ਵਿਦ ਸੈਲਰ ਫੋਨ ਜਿਹੜੇ ਸੈਲਰ ਫੋਨ ਨੇ ਸਾਨੂੰ ਪਤਾ ਇਹਨੇ ਵੀ ਪਰਸਨਲ ਡਿਜੀਟਲ ਅਸਿਸਟੈਂਸ ਨਹੀਂ ਉਹ ਸਾਰੇ ਦੇ ਸਾਰੇ ਨੈਟਵਰਕ ਨਾਲ ਇੰਟਰਨੈਟ ਨਾਲ ਜੁੜੇ ਹੋਏ ਨੇ ਛੋਟੇ ਹੁੰਦੇ ਨੇ ਬਟ ਇਸ ਸਭ ਤੋਂ ਇੰਪੋਰਟੈਂਟ ਪਾਰ ਨੇ ਅਜ਼ ਮੈਕਸਿਮਮ ਜਿਹੜੀ ਹਿਊਮਨ ਲਾਈਫ ਐਜ਼ ਅ ਇੰਡੀਵਿਜੂਅਲ ਇਸ ਟਾਈਪ ਦੇ ਜਿਹੜੇ ਕੰਪਿਊਟਰ ਸੈਲੂਲਰ ਫੋਨ ਦੇ ਰੂਪ ਦੇ ਵਿੱਚ ਨੇ ਇਹਨਾਂ ਦੀ ਮੈਕਸਿਮਮ ਯੂਜ਼ ਕਰ ਰਹੀ ਹੈ ਇਹਨਾਂ ਦੇ ਆ ਪਿਕਚਰ ਤੁਹਾਡੇ ਸਾਹਮਣੇ ਨੇ ਡਿਫਰੈਂਟ ਟਾਈਪ ਦੇ ਸੈਲਸ ਆਰ देयर ਹੈਂਡ ਹੈਲਡ ਕੰਪਿਊਟਰਸ ਬਹੁਤ ਸਾਰੀਆਂ ਮਸ਼ੀਨਸ ਵੀ ਨੇ ਜਿਨ੍ਹਾਂ ਨੂੰ ਪਰਸਨਲ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਬਹੁਤ ਸਾਰੇ ਯੂਜ਼ਰਸ ਯੂਜ਼ ਕਰਦੇ ਨੇ ਅਜ਼ ਅ ਕੰਪਿਊਟਰ ਬੇਸਡ ਸਿਸਟਮ ਨੈਕਸਟ ਵਨ ਨੋਟਬੁੱਕ ਔਰ ਪੋਰਟੇਬਲ ਕੰਪਿਊਟਰ ਯੈਸ ਥੀਸ ਟਾਈਪ ਆਫ ਕੰਪਿਊਟਰ ਇਹਨਾਂ ਦੀ ਪਿਕਚਰ ਦੇਖੋ ਨੋਟਬੁੱਕ ਔਰ ਪੋਰਟੇਬਲ ਕੰਪਿਊਟਰ ਥੀਸ ਕੰਪਿਊਟਰ ਆਰ ਡਿਜ਼ਾਈਨਡ ਫॉर ਪ੍ਰੋਫੈਸ਼ਨਲ Who are on move time and again ਜਿਹੜੇ ਪ੍ਰੋਫੈਸ਼ਨਲ ਨੇ ਲਾਇਰਸ ਨੇ ਚਾਰਟਰਡ ਅਕਾਊਂਟੈਂਟਸ ਨੇ ਐਮਬੀਏ ਹੋਲਡਰਸ ਨੇ ਮੈਨੇਜਮੈਂਟ ਦਾ ਹਿੱਸਾ ਨੇ ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਜਿਨ੍ਹਾਂ ਨੂੰ ਲਗਾਤਾਰ ਕੀਪ ਔਨ ਮੂਵ ਰਹਿਣਾ ਪੈਂਦਾ ਚੱਲਦੇ ਰਹਿਣਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਰਹਿਣਾ ਉਹਨਾਂ ਦੇ ਲਈ ਸਪੈਸ਼ਲ ਨੋਟਬੁੱਕ অর ਪੋਰਟੇਬਲ ਕੰਪਿਊਟਰ ਜਸਟ ਲਾਈਕ ਆਰ ਲੈਪਟਾਪਸ ਲੈਪਟਾਪਸ ਨੇ ਇਹ ਸਾਰੇ ਦੇ ਸਾਰੇ ਡੈਸਕਟਾਪ ਕੰਪਿਊਟਰ ਦੀਆਂ ਸਾਰੀਆਂ ਜਿਨ੍ਹਾਂ ਨੂੰ ਅਸੀਂ ਪੀਸੀਸ ਕਹਿੰਦੇ ਆ ਪਰਸਨਲ ਕੰਪਿਊਟਰ ਆਲਮੋਸਟ ਸਾਰੀਆਂ ਫੀਚਰਸ ਇਨਾਂ ਪੋਰਟੇਬਲ ਕੰਪਿਊਟਰ ਦਾ ਨੋਟਬੁੱਕ 'ਚ ਹੁੰਦੀਆਂ ਨੇ ਇਨਾਂ ਦੇ ਵਿੱਚ ਕੀਬੋਰਡ ਮਾਊਸ ਪੁਆਇੰਟਿੰਗ ਡਿਵਾਈਸ ਤੇ LCD ਸਕਰੀਨ ਆਲਮੋਸਟ ਉਸ ਤੰਗ ਨਾਲ ਹੀ ਹੁੰਦੀ ਹੈ ਜਿਵੇਂ ਆਮ ਡੈਸਕਟਾਪ ਕੰਪਿਊਟਰ ਜਿਨ੍ਹਾਂ ਨੂੰ ਅਸੀਂ ਪਰਸਨਲ ਕੰਪਿਊਟਰ ਦਾ ਪੀਸੀ ਕਹਿੰਦੇ ਆ all they have all the features of desktop computers but they are maximum useful for the persons who are always remain on movement from one place to another because such computers are easily portable asi inanu aaram naal ik thaan ton dusri jagah de utte la ja sakde next hona workstations workstations ki hunde ne eh sara dekh rahe ho tusi ik workstation hai ਜਿਹੜੇ ਕਾਲ ਸੈਂਟਰਸ ਨੇ ਵੱਡੇ ਵੱਡੇ ਜਿੱਥੇ ਡਿਫਰੈਂਟ ਟਾਈਪ ਦੇ ਕਸਟਮਰ ਦੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ ਉੱਥੇ ਸਾਰੇ ਦੇ ਸਾਰੇ ਇੱਕ ਵਰਕ ਸਟੇਸ਼ਨ ਦੇ ਉੱਤੇ ਮਿਲ ਕੇ ਅਲੱਗ-ਅਲੱਗ ਪੀਸੀ ਬਹੁਤ سارے ਪੀਸੀ ਇੱਕੋ ਹੀ ਵਰਕ ਸਟੇਸ਼ਨ ਤੇ ਮਿਲ ਕੇ ਕੰਮ ਕਰ ਰਹੇ ਹੁੰਦੇ ਨੇ ਵਰਕ ਸਟੇਸ਼ਨ ਆਰ ਸਿਮਿਲਰ ਟੂ ਪੀਸੀ ਹੈਗਾ ਕੀਤਾ ਸਿਮਿਲਰ ਟੂ ਪੀਸੀ ਨੇ ਪੀਸੀ ਦੀ ਪਰਸਨਲ ਕੰਪਿਊਟਰ ਹੀ ਹੁੰਦੇ ਨੇ ਤੁਸੀਂ ਦੇਖੋ ਇਸ ਵਰਕ ਸਟੇਸ਼ਨ ਦੇ ਵਿੱਚ ਹਰ ਇੱਕ ਵਿਅਕਤੀ ਦੇ ਅਗ ਇੱਕ ਨਾਰਮਲ ਪਰਸਨਲ ਕੰਪਿਊਟਰ ਲੱਗਿਆ ਦਿਖ ਰਿਹਾ ਬਟ ਮੇਨ ਜਿਹੜਾ ਵਰਕ ਸਟੇਸ਼ਨ ਹੈ ਉਹਦੇ ਨਾਲ ਅਟੈਚਡ ਹੁੰਦੇ ਨੇ ਸਾਰਿਆਂ ਦਾ ਇੰਟਰਕਨੈਕਟਡ ਪੁਆਇੰਟ ਇੱਕ ਸਿੰਗਲ ਸਟੇਸ਼ਨ ਹੁੰਦਾ ਜਿਹਨੂੰ ਵਰਕ ਸਟੇਸ਼ਨ ਕਹਿੰਦੇ ਨੇ ਜਿੱਥੇ ਉਹ ਕੰਮ ਕਰ ਰਹੇ ਨੇ ਵਰਕ ਸਟੇਸ਼ਨਰ ਆਰ ਸਿਮਿਲਰ ਟੂ ਪੀਸੀ ਵਾਟ ਹੈਵ ਗ੍ਰੇਟਰ ਮੈਮਰੀ ਐਂਡ ਐਕਸਟੈਂਸਿਵ ਮੈਥੈਮੈਟਿਕਲ ਅਵੇਲੇਬਿਲਿਟੀ ਇਹਨਾਂ ਚ ਅਵੇਲੇਬਿਲਿਟੀ ਜ਼ਿਆਦਾ ਨੇ ਜ਼ਿਆਦਾ ਇਹਦੇ ਚ ਕੈਲਕੂਲੇਸ਼ਨ ਕੈਪੈਸਿਟੀਆਂ ਨੇ ਮੈਮਰੀ ਬਹੁਤ ਜ਼ਿਆਦਾ ਹੈ ਵਰਕ ਸਟੇਸ਼ਨ ਦੇ ਵਿੱਚ ਬੈਸਟ ਸੂਟਡ ਫੋਰ ਕਿੱਥੇ ਨੇ ਜਿੱਥੇ ਵੱਡੇ ਬਿਜ਼ਨਸਮੈਨ ਨੇ ਸਾਇੰਟਿਫਿਕ ਪਰਪਸ ਨੇ ਕਮਰਸ਼ੀਅਲ ਐਪਲੀਕੇਸ਼ਨਸ ਨੇ ਉਹ ਸਾਰੇ ਦੇ ਸਾਰੇ ਵਰਕ ਸਟੇਸ਼ਨ ਨੇ ਜਿੱਥੇ ਸਾਰੇ ਡਿਫਰੈਂਟ ਕੰਪਿਊਟਰ ਜਿਹੜੇ ਕਨੈਕਟਡ ਟੂ ਪੀਸੀ ਉਹ ਵਰਕ ਸਟੇਸ਼ਨ ਕਿਸੇ ਦੂਸਰੇ ਵਰਕ ਸਟੇਸ਼ਨ ਨਾਲ ਅਟੈਚ ਹੁੰਦਾ ਇੱਕ ਵਰਕ ਸਟੇਸ਼ਨ ਯਾ ਡਿਫਰੈਂਟ ਟਾਈਪ ਦੇ ਪੀਸੀਜ਼ ਨਾਲ ਅਟੈਚ ਹੁੰਦੇ ਨੇ ਵਰਕ ਸਟੇਸ਼ਨ ਅੱਜ ਬਹੁਤ بڑے ਜਿਹੜੇ ਆਫੀਸਿਸ ਨੇ ਜਿੱਥੇ ਮਲਟੀਪਰਪਸ ਕੰਮ ਹੋ ਰਹੇ ਨੇ ਕਸਟਮਰਸ ਦੀ ਗਿਣਤੀ ਜ਼ਿਆਦਾ ਹੈ ਉਥੇ ਵਰਕ ਸਟੇਸ਼ਨ ਦੇ ਉੱਤੇ ਹੀ ਕੰਮ ਹੁੰਦਾ ਕਿਉਂਕਿ ਸਿੰਗਲ ਪੀਸੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਸੈਸਸਿਸ ਨਹੀਂ ਹੋ ਸਕਦੇ ਹੁੰਦੇ ਦੇ ਆ ਰੀਅਲੀ ਵੈਰੀ ਹੈਲਪਫੁਲ ਇਨ ਟੂਡੇਜ਼ ਹਿਊਮਨ ਨੈਕਸਟ ਵਨ ਦਾ ਮੇਨ ਫਰੇਮ অর ਸੁਪਰ ਕੰਪਿਊਟਰ ਇਸ ਪਹਿਲਾਂ ਦੀ ਪਿਕਚਰਸ ਦੇਖੋ ਧਿਆਨ ਨਾਲ ਇੱਕ ਸੁਪਰ ਕੰਪਿਊਟਰ ਹੈ ਇਹਦੀ ਇਹਨੂੰ ਧਿਆਨ ਨਾਲ ਦੇਖੋ ਇਹ ਉੱਪਰ ਵੀ ਮੇਨ ਫਰੇਮ ਕੰਪਿਊਟਰ ਹੈ ਮੇਨ ਫਰੇਮ ਕੰਪਿਊਟਰ ਤੇ ਸੁਪਰ ਕੰਪਿਊਟਰ ਐਡਵਾਂਸ ਲੈਵਲ ਆਫ ਕੰਪਿਊਟਰ ਹੈ ਮੋਰ ਪਾਵਰਫੁਲ ਹੈਵਿੰਗ ਮੈਕਸਿਮਮ ਮੈਮਰੀ ਏਬਲ ਟੂ ਸੋਲਵ ਡਿਫਿਕਲਟ ਟੂ ਡਿਫਿਕਲਟ ਪ੍ਰੋਬਲਮ ਬਹੁਤ ਹੀ ਸ਼ਕਤੀਸ਼ਾਲੀ ਨੇ ਬਹੁਤ ਮੈਮਰੀ ਹੈ ਹਰ ਤਰ੍ਹਾਂ ਦੀ ਮੁਸ਼ਕਲ ਤੋਂ ਮੁਸ਼ਕਲ ਸਮੱਸਿਆਵਾਂ ਦੇ ਵਿੱਚ ਯੂਜ਼ ਹੁੰਦੇ ਨੇ ਚਾਹੇ ਉਹ ਸਾਇੰਟਿਫਿਕ ਪਰਪਸ ਤੋਂ ਨਹੀਂ ਚਾਏ ਹੈਲਥ ਪਰਪਸ ਤੋਂ ਨਹੀਂ ਟੈਕਨੋਲੋਜੀ ਦੇ ਪਰਪਸ ਤੋਂ ਨਹੀਂ ਹਰ ਪਰਪਸ ਤੋਂ ਜਿਹੜੇ ਕੰਪਿਊਟਰ ਯੂਜ਼ ਹੁੰਦੇ ਨੇ ਉਹ ਮੇਨਫ੍ਰੇਮ ਕੰਪਿਊਟਰਸ ਨੇ ਜਦੋਂ ਮੇਨਫ੍ਰੇਮ ਕੰਪਿਊਟਰਸ ਐਡਵਾਂਸਡ ਲੈਵਲ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰਮੀਨਲਸ ਨੇ ਉਹਨੂੰ ਸਪੋਰਟ ਕਰਦੇ ਨੇ ਤਾਂ ਉਹਨਾਂ ਮੋਰ ਪਾਵਰਫੁਲ ਕੰਪਿਊਟਰਸ ਨੂੰ ਨਾਮ ਦਿੱਤਾ ਗਿਆ ਸੁਪਰ ਕੰਪਿਊਟਰ ਸੁਪਰ ਕੰਪਿਊਟਰ ਜਿਹੜੇ ਜਿੰਨੀ ਵੀ ਟੈਕਨੀਕਲ ਡਿਵੈਲਪਮੈਂਟਸ ਹੁੰਦੀਆਂ ਨੇ ਜਿੱਥੇ ਬਹੁਤ ਜ਼ਿਆਦਾ ਮੈਮਰੀ ਦੀ ਜ਼ਰੂਰਤ ਪੈਂਦੀ ਹੈ ਉਥੇ ਸੁਪਰ ਕੰਪਿਊਟਰ ਯੂਜ਼ ਹੁੰਦੇ ਨੇ ਦੇ ਹੈਵ ਬਿਗ ਮੈਮਰੀ ਬਟ ਨਾਲ ਧਿਆਨ ਰੱਖੋ ਬਿਗ ਪ੍ਰਾਈਸ ਵੈਰੀ ਕੋਸਟਲੀ ਸੱਚ ਇਹ ਕੋਈ ਈਜ਼ੀ ਸਸਤੇ ਕਨਸੈਪਟ ਨਹੀਂ ਹੁੰਦੇ ਸਸਤੇ ਪ੍ਰੋਜੈਕਟ ਨਹੀਂ ਹੁੰਦੇ ਦੈਟ ਇਜ਼ ਵੈਰੀ ਕੋਸਟਲੀ ਪ੍ਰੋਜੈਕਟ ਸੁਪਰ ਕੰਪਿਊਟਰ ਕਲੀਅਰ ਸੋ ਸਟੂਡੈਂਟ ਥੀਜ਼ ਆਰ ਦਾ ਡਿਫਰੈਂਟ ਟਾਈਪਸ ਆਫ ਕੰਪਿਊਟਰ ਆਈ ਥਿੰਕ ਦਾ ਹੋਲ ਕਨਸੈਪਟ ਇਜ਼ ਕੁਆਇਟ ਕਲੀਅਰ ਇਸ ਤੋਂ ਇਲਾਵਾ ਜੋ 엘িমੈਂਟਸ ਆਫ ਕੰਪਿਊਟਰ ਹੈ ਇਹਦਾ ਇੱਕ ਪਾਰਟ ਥੋੜਾ ਹੋਰ ਡਿਸਕਸ ਕਰਨਾ ਰਹਿੰਦਾ ਜਿਹਨੂੰ ਮੈਂ ਇਸ ਤੋਂ ਨੈਕਸਟ ਵੀਡੀਓ ਐਫ ਵਾਈ ਦੇ ਵਿੱਚ ਡਿਸਕਸ ਕਰਾਂਗਾ ਇਸ ਵੀਡੀਓ ਦੇ ਜਿਸ ਹਿੱਸੇ ਨੂੰ ਵੀ ਦੇਖਣਾ ਚਾਹੁੰਦੇ ਹੋ ਕੰਪਲੀਟ ਵੀਡੀਓ ਦੇਖੋ ਉਸ ਹਿੱਸੇ ਦੇ ਵਿੱਚ ਜਾ ਕੇ ਦੁਬਾਰਾ ਦੇਖੋ ਜੇਕਰ ਕੋਈ ਕਨਸੈਪਟ ਕਲੀਅਰ ਨਹੀਂ ਤੇ ਆਪਣੀ ਮੈਮਰੀ ਦਾ ਪਰਮਾਨੈਂਟ ਹਿੱਸਾ ਬਣਾਓ ਜੇਕਰ ਕੰਪਲੀਟ ਵੀਡੀਓ ਦੇਖੋਗੇ ਤੇ ਫੁੱਲ ਸਕਰੀਨ ਕਰਕੇ ਦੇਖੋ ਮੇਰੇ ਇਸ ਚੈਨਲ ਦੇ ਉੱਤੇ ਤੁਹਾਡੀ ਜਾਣਕਾਰੀ ਲਈ ਦੱਸਾਂ ਜਾਣਕਾਰੀ ਹੈ ਚੈਨਲ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਨੇ ਰਿਗਾਰਡਿੰਗ ਕਾਮਰਸ ਸਬਜੈਕਟਸ ਇਕਨੋਮਿਕਸ fundamental of e-business similarly of accountancy and many motivational videos as well so students bahosariya videos already of videos. keep on watching this channel and wait for another videos till then thank you very much